ये कल नाले दुकानदार रेहड़ी वाले भी मजदूर भी दिहाड़ीदार भी दुकानदार वड्डे छोटे हर वर्ग के जिहड़ा कल इस सरकार ने ड्रामा खेडिया आ बाकी हर पंजाब च भी हर कस्बे च खास करके हर जिले च भी ये धरने हर कस्बे च भी धरने हुए आ किसी ने कोई परचा नहीं दिता अजनाले थाने च सियासी रंजिश के तहत के अजनाले कमेटी कांग्रेस की हार गई है हर के सानू वोटा नहीं पईआं उस दे तहत नजायज़ परचे भी हुए है साढ़े शिवदेव साढ़े सत्त नंबर अठ नंबर वार्ड चो जो कौंसलर आ वो है भी नहीं ही तो अजनाले शहर च भी नहीं फोन नंबर जो मर्जी वेख लियो सिर्फ एक एक उन्हें परचा एक दिखा दी है एस एस पी न कि इन्हों के करैक्टर से किसी ने उंगल उछाई है वो संबंध के सिर्फ ये बह जे ये तो नजायज़ परचा कर दिए जिन्हें कराया वह भी मैं पता लग गया ये कहते हो भी मैं पता लग गया भाजदे वाण एक जे आ छे सत्त महीनों की गल आ अं तो लवेंगे झल अं तो धड़ी धक्केशाइया भी झलते मैं साढ़े चार साल हो गए जो साड़ी वारी आई तो जो अं धड़िया चीक मराइया ना जायज़ ਸਾਡੇ ਕੋਲ ਵੀ ਨਹੀਂ ਚੱਲੀਆਂ ਜਾਣੀਆਂ ਮੈਨੂੰ ਸ਼ਰਮ ਆਉਂਦੀ ਆ ਇਸ ਪੁਲਿਸ ਪ੍ਰਸ਼ਾਸਨ ਦੇ ਖਾਸ ਕਰਕੇ ਡੀ ਐੱਸ ਪੀ ਜੀ ਨਾਲੇ ਦੇ ਜਿਹੜਾ ਸਰਕਾਰ ਦਾ ਕਰਿੰਦਾ ਬਣ ਕੇ ਇਹ ਤਾਂ ਇਸ ਤਰ੍ਹਾਂ ਕਰਦਾ ਪਿਆ ਕਿ ਜਿਸ ਤਰ੍ਹਾਂ ਇੱਥੋਂ ਇਲੈਕਸ਼ਨ ਲੜਨੀ ਹੁੰਦੀ ਆ ਇਹ ਡੀ ਐੱਸ ਪੀ ਇਹ ਸਾਰਾ ਬੇੜਾ ਆ ਲਾਗੇ ਰਾਜਸਥਾਨ ਸੀ ਹਲਕਾ ਆ ਆਹ ਲਾਗੇ ਫਤਿਹਗੜ੍ਹ ਚੂੜੀਆਂ ਲਾਗੇ ਡੇਰਾ ਬਾਬਾ ਨੇ ਗੁਆਂਢ ਦੇ ਹਲਕੇ ਵੇਖ ਲਓ ਕਿਤੇ ਕੋਈ ਇਹੋ ਜਿਹੀ ਕੋਈ ਹਰਕਤ ਨਹੀਂ ਹੁੰਦੀ ਅਜਨਾਲੇ ਸ਼ਹਿਰ 'ਚ ਕਿਉਂ ਹੁੰਦੀ ਆ ਕਿਉਂਕਿ ਡੀ ਐੱਸ ਪੀ ਨਾਲਾ ਥੋੜ੍ਹੇ ਜਿਹੇ ਵਿੱਚ ਪੁਲਿਸ ਮੁਲਾਜ਼ਮ ਅਤੇ ਨਾਲ ਜਿਹੜੇ ਜਿਹੜੇ ਕਰਿੰਦੇ ਨੇ ਜਿਹੜੇ ਇੱਥੋਂ ਦੇ ਨਾਲੇ ਦੇ ਆਪਣਿਆਂ ਨੂੰ ਘੜਾਮ ਚੌਧਰੀ ਬਣੇ ਪਏ ਧੱਕੇ ਨਾਲ ਜਿਹੜੇ ਸਾਡਾ ਇੱਕ ਬੰਦਾ ਖਰੀਦ ਕੇ ਵੇਚ ਕੇ ਬਣ ਕੇ ਘੜਾਮ ਚੌਧਰੀ ਜਿਹੜਾ ਬਣਿਆ ਅਤੇ ਨਾਲ ਜਿਹੜੇ ਹੋਰ ਹੈਗੇ ਆ ਇਹ ਉਸ ਨੂੰ ਫੜਾ ਦਿੰਦੇ ਆ ਛਡਾ ਲੈਂਦੇ ਆ ਮੈਂ ਤਾਂ ਸ਼ਰਮ ਆਉਂਦੀ ਆ ਕਿ ਆਹ ਪਰਚਾ ਕੱਟਣ ਲੱਗਿਆ ਕੋਈ ਸ਼ਰਮ ਕਰੋ ਪਰਚਾ ਜੇ ਕੱਟਦਾ ਚੱਜ ਦਾ ਕੱਟੋ ਇਹ ਤਾਂ ਸਾਡੇ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਵੱਡ ਵਡੇਰਿਆਂ ਦੇ ਇਹ ਵਿਰਸਿਆਂ 'ਚੋਂ ਸਾਨੂੰ ਪਰਚੇ ਮਿਲਦੇ ਆ ਪਰ ਇਹ ਕਿਹੜੀ ਜਿਸ ਤੁਸੀਂ ਬਾਣੀ ਕਹਿੰਦੀ ਬਾਬਾ ਫਰੀਦ ਨੇ ਆਖਿਆ ਬਾਬਾ ਫਰੀਦ ਜੀ ਨੇ ਇਹ ਜਿਹੜੀ ਭੁੱਖ ਆ ਜਿਹੜੀ ਮੌਤ ਆ ਉਹ ਜਿਹੜੀ ਮੌਤ ਨਾਲ ਉਹ ਭੁੱਖ ਬੁਰੀ ਰਾਤ ਖਾਧੀ ਅਤੇ ਸਵੇਰੇ ਫਿਰ ਖੜੀ ਇਹ ਸਾਰਾ ਭੁੱਖ ਦੀ ਇਹ ਜਿਹੜੀ ਢਿੱਡ ਦੀ ਗੱਲ ਆ ਢਿੱਡ ਦੀ ਗੱਲ ਆ ਇਹ ਕਿੰਨੇ ਇੱਥੇ ਜਿਹੜੇ ਮਜ਼ਦੂਰ ਆ ਦਲਿਤ ਨੇ ਕਿੰਨੇ ਵੀ ਸਾਡੇ ਦੁਕਾਨ ਹਿੰਦੂ ਨੇ ਸਿੱਖ ਨੇ ਹਰ ਧਰਮ ਆ ਜਿਹਦੇ ਕ੍ਰਿਸ਼ਨ ਭਾਈਚਾਰੇ ਦੇ ਵੀ ਆ ਜਿਹੜੇ ਕੱਲ੍ਹ ਧਰਨੇ 'ਚ ਬੈਠੇ ਸੀ ਸਿਰਫ ਢਿੱਡ ਦੀ ਗੱਲ ਕਰਦੇ ਪਏ ਆ ਕਿ ਅਸੀਂ ਆਪਣਾ ਚੌਂਕਾ ਚੁੱਲ੍ਹਾ ਕਿਸ ਤਰ੍ਹਾਂ ਚਲਾਉਣਾ ਆਪਣਾ ਪਰਿਵਾਰ ਕਿਸ ਤਰ੍ਹਾਂ ਪਾਲਣਾ ਆ ਸਾਡੀ ਇਹ ਜਿਹੜੀ ਧੱਕੇਸ਼ਾਹੀ ਤੁਸੀਂ ਕੀਤੀ ਆ ਪਰਚੇ ਦੇ ਬੰਦਿਆਂ ਦੇ ਹੁੰਦੇ ਆ ਅਸੀਂ ਚੀਕਾਂ ਨਹੀਂ ਮਾਰਦੇ ਅਸੀਂ ਤਾਂ ਦੱਸਦੇ ਪਏ ਹਾਂ ਕਿ ਵਾਰਨਿੰਗ ਦੇ ਕੇ ਵੀ ਛੱਡਿਆ ਜਾ ਸਕਦਾ ਸੀ ਇਹ ਇਹ ਤਾਂ ਇਸ ਤਰ੍ਹਾਂ ਕਰਦੇ ਪਏ ਜਦੋਂ ਅਸੀਂ ਪਾਕਿਸਤਾਨੀ ਹੁੰਦੇ ਹਾਂ ਤਾਰੋਂ ਟੱਪ ਕੇ ਆਏ ਹੁੰਦੇ ਹਾਂ ਜਾਂ ਅਸੀਂ ਤਾਂ ਰਹਿੰਦੇ ਇੱਥੋਂ ਪਛੰਦੇ ਹੀ ਨਹੀਂ ਹੈਗੇ ਅਸੀਂ ਨਾਲੇ ਦੇ ਇਹ ਅਸੀਂ ਨਾਲੇ ਵਾਲੇ ਇਹ ਲੋਕਾਂ ਨੇ ਤੁਹਾਡਾ ਬੋਰੀ ਬਿਸਤਰਾ ਗੋਲ ਕਰ ਦੇਣਾ ਕਾਂਗਰਸੀਓ ਇਹ ਕੈਪਟਨ ਅਮਰਿੰਦਰ ਸਿੰਘ ਦਾ ਬੋਰੀ ਬਿਸਤਰਾ ਗੋਲ ਕਰ ਦੇਣਾ ਇਹ ਜਿਹੜੇ ਘੜਾ ਮਚਾਉਂਦੇ ਲੱਗੇ ਆ ਤੁਹਾਨੂੰ ਲੋਕਾਂ ਨੇ ਆਪਣੇ ਥੜਿਆਂ ਨੂੰ ਚੜ੍ਹ ਦੇਣਾ ਜੋ ਹਾਲ ਤੁਹਾਡਾ ਹੋਣਾ ਹੈ।